ਇਹ ਵੀਡੀਓ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਲੋਡਾਈ ਦੀ ਹੈ ਜਿੱਥੇ ਪੰਜਾਬੀਆਂ ਦਾ ਨਾਮ ਉੱਚਾ ਚੱਕਦੇ ਪੰਜਾਬੀ ਨੌਜਵਾਨ ਨਜ਼ਰ ਆਏ। ਅਮਰੀਕਾ ਵਿੱਚ ਚੱਲਦੇ ਅਡਾਪਟ ਹਾਈਵੇ ਪ੍ਰੋਗਰਾਮ ਦੇ ਤਹਿਤ ਹਾਈਵੇ ਨੂੰ ਸਾਫ਼ ਰੱਖਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਸਥਾਨਕ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਲੋਡਾਈ ਅਤੇ ਸਟਾਕਟਨ ਬੋਰਡ ਦੇ ਮੈਂਬਰ ਦੁਆਰਾ ਹਾਈਵੇ 99 ਦਾ 2 ਮੀਲ ਦਾ ਰਸਤਾ ਅਡਾਪਟ ਕੀਤਾ ਗਿਆ ਅਤੇ ਉਸ ਦੀ ਸਫਾਈ ਕੀਤੀ ਗਈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਰਹੇ। ਹੁਣ ਉਥੇ ਖਬਰ ਮਿਲੀ ਹੈ ਕਿ NGT ਦੁਆਰਾ ਪੰਜਾਬ ਦੇ ਵੈਟ ਅਤੇ ਸੋਲਿਡ ਵੇਸਟ ਮੈਨੇਜ ਨਾ ਕਰ ਪਾਉਣ ਤੇ 2000 ਕਰੋੜ ਦਾ ਜੁਰਮਾਨਾ ਲਗਾ ਦਿੱਤਾ ਹੈ। ਭਾਰਤ ਵੈਸੇ ਵੀ ਸਫਾਈ ਪੱਖੋਂ ਬਹੁਤ ਪਿੱਛੇ ਹੈ। ਜਗ੍ਹਾ ਜਗ੍ਹਾ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ ਵਿਦੇਸ਼ਾਂ ਵਿਚ ਵਸਦੇ ਸਾਡੇ ਭਰਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ।